ਭਾਜੀ ਤੁਸੀਂ ਤਾਂ ਕਹਿ ਰਹੇ ਹੋ ਕਿ ਆਪਾਂ ਜਿਹੜੀ ਪੁਟਾਈ ਹੈ ਉਹ ਨਿਯਮਾਂ ਦੇ ਤਹਿਤ ਕਰ ਰਹੇ ਹਾਂ, ਪਰ ਇੱਥੇ ਦੇਖਿਆ ਜਾਂਦਾ ਮੈਨੂੰ ਲੱਗਦਾ ਕਿ ਫੁੱਟ ਜਿਹੜੇ ਇੱਥੇ ਵੱਧ ਹੈਗੇ ਨੇ। ਮੇਰੇ ਹਿਸਾਬ ਨਾਲ ਤੇ ਵੱਧ ਹੈਗਾ ਭਾਜੀ। ਨਹੀਂ ਸਰ ਮਿਲ ਲੈਂਦੇ ਹਾਂ ਤੁਹਾਨੂੰ, ਕੋਈ ਨਾ 2.5 ਜਾਂ 3 ਪੌਣੇ 3 ਫੁੱਟ ਹੋਏਗੀ, 3 ਤੋਂ ਵੱਧ ਫਿੱਤਾ ਮਿਲ ਜਾਏਗਾ। ਫਿੱਤਾ ਫਿੱਤਾ ਲੈ ਕੇ ਆਉਂਗੇ ਜੀ। सुजानपुर के वख वख पिंड जोड़े आ मिट्टी की नजायज माइनिंग लगातार जी चलती पी है। बीते दिनों भी KRT न्यूज़ नैटवर्क वालों तुहानू खबर दिखाई गई थी जिदे विच कुछ ट्रैक्टर के जिहड़े JCB वाले दौड़ते हुए नज़र आए थे, क्योंकि वो गलत सके। इस वेले आप पिंड शैशन के मौजूद हाँ, सिरा दिखाने की कोशिश कर रहे हैं कि इतनी JCB के नाल जी वो पुटाई जी इतनी जा रही है। और जी जे जानकारी मुताबिक जो आप गल करिए जोड़े आ प्रशासन वालों जो विभाग वालों जो है इन्हों 3 फुट की जी पुटाई करने की अनुमति दी जाती है, पर कुछ लोग जोड़े ने वो उस परमिशन की आड़ के 3 फुट तो भी ज़्यादा जी मिट्टी पुट लेंगे ने, जिस दे नाल वातावरण जोड़ा नुकसान पहुँच रहा वो नाल नाल जोड़ा सरकार भी चूना लगता हुआ नज़र आ रहा है। कितना ना कि जो प्रशासन की मिली भगत लगता कि जी कार्रवाई जी इतनी की जा रही है, तस्वीर दिखाने की कोशिश कर रहे हैं और गलबात करने की भी कोशिश करा कि जोड़े ओपरेटर ने JCB के उन्हों का की कहना है। तुम देख सकते हो कि इतने जोड़ा आ जी पुटाई जी बेखौफ तरीके इतने की जा रही है। तो देखते हैं गलबात करते हैं JCB ओपरेटर के नाल की कहना उन्हों का कि वो जी इतने परमिशन जी उन्हें को हैगी है, की परमिशन हैगी है। जी पुटाई करते पे हो की परमिशन हैगी अपने को? ऑनलाइन परमिशन मिल जाएगी, बाहर पानी नहीं घर। हाँ जी हाँ जी जी 3 रुपये 20 पैसे फुट की मैनिंग। अच्छा जी ऑनलाइन पुटाई कर दें जिमीदार झूठी मानेगा दूजे ते जवाब मैं चेक कर लूंगा बाकी भी कदे किला ओही पुटने दो रिंग लग गए भी डेढ़ दो किले पुट चले। ਜਦ ਜਦੋਂ ਬਾ ਚੈਕਿੰਗ ਹੁੰਦੀ ਰਹਿੰਦੀ ਹੈ ਜੀ, ਸਰਦਵੇ ਲੱਗਦੀ ਹੋਈ ਹੈ। ਹਾਂਜੀ ਜਈ ਸਾਹਿਬ ਆਉਂਦੇ ਰਹਿੰਦੇ ਆ ਜੀ, ਤੇ ਕੋਈ ਨਾ ਕੋਈ ਬੜੇ ਮਹਿਕਮੇ ਇਹਦੇ ਵਿੱਚ ਪੁਲਿਸ ਵਿੱਚ 5-6 ਮਹਿਕਮੇ ਆ ਜੀ, ਸੰਡੇ ਰਾਤ ਕੋਈ ਵੀ ਚੈੱਕ ਕਰ ਸਕਦਾ। ਠੀਕ, ਜਦੋਂ ਆਪਾਂ ਨਹਿਰ ਮਹਿਕਮੇ ਦੇ ਨੇ ਆਪਣੇ ਛੋਟੇ ਵੀਰ ਬੇਲਦਾਰ ਵੀ ਹੁੰਦੇ ਆ, ਉਹਨੂੰ ਵੀ ਇੰਨੀ ਕੁ ਹਦਾਇਤ ਮਿਲੀ ਹੈ ਕਿ ਚੈੱਕ ਕਰ ਲਈ, ਚੈੱਕ ਕਰ ਲਈ 4-5 ਮਹਿਕਮੇ ਆ, ਇੱਕ ਮਹਿਕਮੇ ਵਾਲਾ ਹੋ ਗਿਆ, ਇੱਕ ਡਰੇਨ ਮਹਿਕਮਾ, ਜਿੱਦਾਂ ਨਹਿਰ ਵਾਲਾ, ਇਹ ਸਾਰੇ ਮਹਿਕਮੇ ਕੋਲ ਦਿੱਤਾ ਹੈ। JCB ਓਪਰੇਟਰ ਜੋ ਕਿ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ, ਉਹਨਾਂ ਦਾ ਕਹਿਣਾ ਕਿ ਸਾਡੇ ਕੋਲ ਜਿਹੜੀ ਪਰਮਿਸ਼ਨ ਹੈਗੀ ਹੈ 3 ਫੁੱਟ ਦੀ, ਆਪਾਂ ਉਹਦੇ ਆਧਾਰ ਦੇ ਉੱਪਰ ਹੀ ਕੰਮ ਕਰਦੇ ਪਏ ਹਾਂ। ਫਿਲਹਾਲ ਜਿਹੜਾ ਇੱਕ ਟਰੈਕਟਰ ਜਿਹੜਾ ਸਾਡੇ ਸਾਹਮਣੇ ਥੋੜੀ ਦੇਰ ਪਹਿਲਾਂ ਇੱਥੇ ਨਿਕਲ ਗਿਆ ਸੀਗਾ, ਹੁਣ ਦੂਸਰਾ ਟਰੈਕਟਰ ਜਿਹੜਾ ਭਰਿਆ ਜਾ ਰਿਹਾ, ਔਰ ਇਹਨਾਂ ਦਾ ਕਹਿਣਾ ਕਿ ਪਰਮਿਸ਼ਨ ਤੋਂ ਬਾਅਦ ਹੀ ਜਿਹੜਾ ਆ ਆਪਾਂ ਜਿਹੜੀ ਮਿੱਟੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੇ ਆ। ਤੁਹਾਨੂੰ ਆਪਾਂ ਤਸਵੀਰਾਂ ਦਿਖਾ ਰਹੇ ਹਾਂ, ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ 3 ਤੋਂ 4.5 ਫੁੱਟ ਵੀ ਆਪਾਂ ਨੂੰ ਕਹਿ ਸਕਦੇ ਹਾਂ ਕਿ ਜਿਹੜੀ ਪੁਟਾਈ ਇੱਥੇ ਕੀਤੀ ਗਈ ਹੈ ਮਿੱਟੀ ਦੀ, ਪਰ ਕਿਨਾਂ ਦੀ ਸ਼ਾਇਦ ਵਿੱਚ ਇਹ ਸਭ ਕੁਝ ਹੋ ਰਿਹਾ ਇਹ ਦੇਖਣ ਵਾਲੀ ਗੱਲ ਹੈ। ਪ੍ਰਸ਼ਾਸਨ ਦੀ ਨੱਕ ਦੇ ਥੱਲੇ ਸਭ ਕੁਝ ਹੋ ਰਿਹਾ, ਪਰ ਜਿਹੜੇ JCB ਵਾਲੇ ਨੇ ਉਹ ਸਿਰਫ ਪਰਮਿਸ਼ਨ ਦੀ ਆੜ ਦੇ ਵਿੱਚ ਸਭ ਕੁਝ ਕਰਦੇ ਪਏ ਨੇ। ਤਸਵੀਰਾਂ ਫਿਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇੱਕ ਪਾਸੇ ਉਹਨਾਂ ਦਾ JCB ਓਪਰੇਟਰ ਦਾ ਕਹਿਣਾ ਕਿ ਮੈਂ ਜਿਹੜਾ ਮਾਈਨਿੰਗ ਜਿਹੜੀ ਕਰ ਰਿਹਾ ਹਾਂ ਉਹ ਮੈਂ ਲੀਗਲ ਕਰ ਰਿਹਾ, ਉਹ ਪ੍ਰਸ਼ਾਸਨ ਦੀ ਪਰਮਿਸ਼ਨ ਦੇ ਨਾਲ ਕਰ ਰਿਹਾ, ਪਰ ਪ੍ਰਸ਼ਾਸਨ ਵੱਲੋਂ ਜਿਹੜੇ ਆ 3 ਫੁੱਟ ਦੀ ਪਰਮਿਸ਼ਨ ਦਿੱਤੀ ਗਈ ਹੈ, ਪਰ ਇੱਥੇ 3 ਤੋਂ 4 ਫੁੱਟ ਜਿਹੜੀ ਪੁਟਾਈ ਇੱਥੇ ਕੀਤੀ ਗਈ ਹੈ, ਜੋ ਕਿ ਪ੍ਰਸ਼ਾਸਨ ਦੀ ਨੱਕ ਦੇ ਥੱਲੇ ਜਿਹੜੀ ਆ ਇਹ ਅਨਦੇਖੀ ਜਿਹੜੀ ਇੱਥੇ ਕੀਤੀ ਜਾ ਰਹੀ ਆ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ, ਕਿਤੇ ਨਾ ਕਿਤੇ ਜਿਹੜੇ ਆ ਉਹਨਾਂ ਵੱਲੋਂ ਕਿਤੇ ਨਾ ਕਿਤੇ ਮਿਲੀ ਭਗਤ ਜਿਹੜੀ ਪ੍ਰਸ਼ਾਸਨ ਦੀ ਦੇਖਣ ਨੂੰ ਮਿਲ ਰਹੀ ਆ। JCB ਓਪਰੇਟਰ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਭਾਜੀ ਤੁਸੀਂ ਤਾਂ ਕਹਿ ਰਹੇ ਹੋ ਕਿ ਆਪਾਂ ਜਿਹੜੀ ਪੁਟਾਈ ਹੈ ਉਹ ਨਿਯਮਾਂ ਦੇ ਤਹਿਤ ਕਰ ਰਹੇ ਹਾਂ, ਪਰ ਇੱਥੇ ਦੇਖਿਆ ਜਾਂਦਾ ਮੈਨੂੰ ਲੱਗਦਾ ਕਿ ਫੁੱਟ ਜਿਹੜੇ ਇੱਥੇ ਵੱਧ ਹੈਗੇ ਨੇ।
ਤੇ ਮੈਂ ਤੁਹਾਨੂੰ ਸਰ ਫਿਰ ਲਿਆ ਦਿੰਦਾ ਮਿਲ ਲਓ। ਇਹ ਕੰਡਾ ਉੱਚਾ ਹੁੰਦਾ ਨਾ ਇੱਧਰੋਂ, ਜੀ ਜਦੋਂ ਮਿੱਟੀ ਲਾ ਦਿੰਦੇ ਆ ਕੰਡੇ ਕੰਡੇ ਪੈ ਜਾਂਦੇ ਅੱਧਾ ਅੱਧਾ ਫੁੱਟ। ਜੀ ਤੇ ਮਹਿਕਮਾ ਆਪ ਇੱਕ ਅੱਧੇ ਨੂੰ ਛੱਡ ਕੇ ਕਦੀ ਕੋਈ ਬੇਲਦਾਰ ਕੋਈ ਜਈ ਸਾਹਿਬ ਕੋਈ ਨਾ ਕੋਈ ਤੁਰੇ ਚੈੱਕ ਕਰਦੇ ਆ ਮਹਿਕਮਾ, ਜੀ ਤੇ ਉਹਨਾਂ ਦੇ ਹਦਾਇਤਾਂ ਤੇ ਸਾਰੀ ਪਟਾਈ ਹੁੰਦੀ ਆ। ਵੱਧ ਹੋਵੇ ਤੇ ਉਹ ਵੀ ਸਾਨੂੰ ਰੋਕਦੇ ਆ ਵੀ ਨਹੀਂ ਪਟੋ ਦੋ। ਨਹੀਂ ਮੇਰੇ ਹਿਸਾਬ ਨਾਲ ਤੇ ਵੱਧ ਹੈਗਾ ਭਾਜੀ। ਨਹੀਂ ਸਰ ਮਿਲ ਲੈਂਦੇ ਆ ਤੁਹਾਨੂੰ ਕੋਈ ਨਹੀਂ, 2.5 ਜਾਂ 3 ਪੌਣੇ 3 ਫੁੱਟ ਹੋਏਗੀ, ਤਿੰਨ ਤੋਂ ਵੱਧ ਫਿੱਤਾ ਮਿਲ ਜਾਏਗਾ, ਫਿੱਤਾ ਮਿਲ ਜਾਏਗਾ, ਫਿੱਤਾ ਲੈ ਕੇ ਆਓ ਭਾਜੀ ਤੁਸੀਂ। ਓਕੇ ਆ ਜਾਓ, ਨਹੀਂ ਫਿੱਤਾ ਲੈ ਕੇ ਆਓ, ਲੈ ਆਉਂਦੇ ਆ ਜਾਓ ਕੋਈ ਗੱਲ ਨਹੀਂ। ਅਧਿਕਾਰੀਆਂ ਦੇ ਨਾਲ ਆਪਾਂ ਗੱਲਬਾਤ ਜ਼ਰੂਰ ਕੀਤੀ ਹੈ ਅਜੇ ਮਹਾਜਨ, ਜੋ ਕਿ SDO ਨੇ ਮਾਈਨਿੰਗ ਦੇ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਮਾਮਲਾ ਦੇ ਧਿਆਨ 'ਚ ਲਿਆ ਦਿੱਤਾ, ਉਹ ਕਹਿੰਦੇ ਕਿ ਆਪਾਂ ਮੌਕੇ ਦੇ ਆ ਕੇ ਦੇਖ ਸਕਦੇ ਹਾਂ। ਪਰਮਿਸ਼ਨ ਉਹਨਾਂ ਨੇ ਬੋਲਿਆ ਕਿ ਇਸ ਏਰੀਏ ਨੂੰ ਪਰਮਿਸ਼ਨ ਤਾਂ ਮਿਲੀ ਹੋਈ ਹੈ, ਪਰ ਕਿੰਨੇ ਫੁੱਟ ਉਹਨਾਂ ਵੱਲੋਂ ਜਿਹੜੀ ਖੁਦਾਈ ਕੀਤੀ ਗਈ ਹੈ ਅਤੇ ਆ ਕੇ ਦੇਖਣਾ ਹੋਵੇਗਾ, ਉਹ ਕਿਤੇ ਬਾਹਰ ਨਹੀਂ। ਉਹਨਾਂ ਨੇ ਬੋਲਿਆ ਕਿ ਮੈਂ ਮੌਕੇ ਤੇ ਆ ਕੇ ਮੈਂ ਜਾਂਚ ਕਰਕੇ ਤੁਹਾਨੂੰ ਦੱਸ ਪਾਵਾਂਗਾ ਕਿ ਇੱਥੇ ਜਿਹੜਾ ਕੰਮ ਉਹ ਸਹੀ ਹੋਇਆ ਜਾਂ ਗਲਤ। ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹੀ ਉਹ ਜਗ੍ਹਾ ਆ ਸਾਹਮਣੇ ਕਿ ਜਿੱਥੇ ਕਿ JCB ਲਗਾ ਕੇ ਜਿਹੜੀ ਖੁਦਾਈ ਇੱਥੇ ਕੀਤੀ ਗਈ ਹੈ ਪੁਟਾਈ ਮਿੱਟੀ ਦੀ, ਔਰ ਪ੍ਰਸ਼ਾਸਨ ਦੇ ਨੱਕ ਦੇ ਥੱਲੇ ਜਿਹੜਾ ਕੰਮ ਕੀਤਾ ਜਾ ਰਿਹਾ ਇਹ। ਹਾਲਾਂਕਿ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਕਿ ਇਹ ਜਿਹੜੀ ਖੁਦਾਈ ਜਿਹੜੀ ਕਿੰਨੀ ਕੀਤੀ ਗਈ ਹੈ ਅਤੇ ਕਿੰਨੀ ਪਰਮਿਸ਼ਨ ਹੈ। ਸਾਡੇ ਮੁਤਾਬਿਕ ਜਿਹੜੀ ਹੈ ਇਹ ਜਿਹੜੀ 3 ਤੋਂ 4 ਫੁੱਟ ਦੇ ਵਿੱਚ ਪਰਮਿਸ਼ਨ ਜਿਹੜੀ ਹੈ 3 ਫੁੱਟ ਦੀ ਹੈ, ਪਰ 4 ਫੁੱਟ ਤੱਕ ਦੀ ਜਿਹੜੀ ਪੁਟਾਈ ਇੱਥੇ ਮਿੱਟੀ ਦੀ ਹੋ ਚੁੱਕੀ ਹੈ। ਹੁਣ ਦੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਇਸ ਪੂਰੇ ਮਾਮਲੇ ਦੇ ਉੱਪਰ ਕੀ ਕਾਰਵਾਈ ਕਰਦਾ ਹੈ। ਤੁਸੀਂ ਜੁੜੇ ਰਹੋ KRT ਨਿਊਜ਼ ਦੇ ਨਾਲ ਅਤੇ ਮੈਨੂੰ ਦੇਵੋ ਇਜਾਜ਼ਤ। ਨਮਸਕਾਰ।